ਕਿਸਾਨ ਦੂਜੇ ਪਾਸੇ ਇਸੇ ਗੱਲ ਤੇ ਅੜੇ ਹੋਏ ਨੇ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਸਵੀਕਾਰ ਨਹੀਂ ਕਰਦੇ ਤਾਂ ਇਸ ਮਾਹੌਲ ਦੇ ਵਿੱਚ ਕਿਵੇਂ ਹੱਲ ਲੱਭਿਆ ਜਾਵੇਗਾ ਕੇਂਦਰ ਦੀ ਸਰਕਾਰ ਦੇ। ਸਰਕਾਰ ਨੇ ਕਿ ਕਮੇਟੀ ਬਣ ਜਾਏ ਜਿਹੜੀ ਕਮੇਟੀ 'ਚ ਕਿਸਾਨ ਆਗੂ ਵੀ ਹੋਣ ਸਰਕਾਰ ਦੇ ਪ੍ਰਤੀਨਿਧੀ ਵੀ ਹੋਣ ਖੇਤੀ ਮਾਹਿਰ ਵੀ ਹੋਣ ਇਹਨਾਂ ਕਾਨੂੰਨਾਂ ਦੇ ਕਿ ਕਲੌਜ਼ ਤੇ ਚਰਚਾ ਹੋ ਜਾਏ। ਜਿੱਥੇ ਕਿਤੇ ਕੋਈ ਲੱਗਦਾ ਹੈ ਵਿਚਾਰ ਕਰ ਸਕਦੀ ਹੈ ਸਰਕਾਰ ਕਮੇਟੀਓ ਵਿਚਾਰ ਕਰੇ। ਸਰਕਾਰ ਦਾ ਮਨ ਬਿਲਕੁਲ ਖੁੱਲਾ ਹੈ। ਲੇਕਿਨ ਰਸਤਾ ਗੱਲਬਾਤ 'ਚੋਂ ਨਿਕਲਣਾ ਹੈ। ਦੀ ਆਗੂ ਇਦਾਂ ਦੇ ਬਿਆਨ ਕਿਉਂ ਦਿੰਦੇ ਨੇ ਕਿ ਬਿਹਾਰ ਦੇ ਵਿੱਚ ਜਿਹੜੀ ਜਿੱਤ ਹੋਈ ਹੈ ਉਹ ਜਿਹੜੇ ਪੰਜਾਬ ਦੇ ਵਿੱਚ ਰੋਸ ਧਰਨੇ ਕਰ ਰਹੇ ਨੇ ਵਿਰੋਧ ਕਰ ਰਹੇ ਨੇ ਬੀਜੇਪੀ ਸਰਕਾਰ ਦਾ ਉਹਨਾਂ ਦੇ ਮੂੰਹ ਤੇ ਛਪੇੜ ਹੈ ਪੰਜਾਬ ਦਾ ਕਿਸਾਨ ਹਿੰਦੁਸਤਾਨ ਦਾ ਕਿਸਾਨ ਸਾਡੇ ਲਈ ਬਿਲਕੁਲ ਰੱਬ ਸਮਾਨ ਹੈ ਅੰਨ ਦਾਤਾ ਹੈ ਉਹਦੇ ਇੱਜ਼ਤ ਇੱਤਰਾਮ 'ਚ ਕੋਈ ਕਮੀ ਨਹੀਂ ਹੈ ਔਰ ਅਸੀਂ ਜੋ ਕੁਝ ਕਰ ਰਹੇ ਹਾਂ ਕਿਸਾਨਾਂ ਦੇ ਭਲੇ ਲਈ ਕਰ ਰਹੇ ਹਾਂ ਸਭ ਤੁਸੀਂ ਇਹ ਗੱਲ ਸਮਝੋ ਜਿਹੜੀ ਬਿਹਾਰ ਦੀ ਤੁਸੀਂ ਗੱਲ ਕੀਤੀ ਹੈ ਹਿੰਦੁਸਤਾਨ 'ਚ ਔਰ ਅਸੀਂ ਗੱਲ ਕਹਿ ਵੀ ਰਹੇ ਹਾਂ ਅੱਜ ਵੀ ਮੈਂ ਕਹਿ ਰਿਹਾ ਕਿਸਾਨ ਕੋਲੋਂ ਫਸਲ ਖਰੀਦੀ ਜਾਂਦੀ ਹੈ 10 ਰੁਪਏ ਦੀ ਕੰਜ਼ਿਊਮਰ ਨੂੰ ਮਿਲਦੀ ਹੈ 100 ਰੁਪਏ ਦੀ 80 ਰੁਪਏ ਦੀ ਕਿਸਾਨ ਨੂੰ ਘੱਟ ਪੈਸੇ ਮਿਲ ਰਿਹਾ ਕੰਜ਼ਿਊਮਰ ਨੂੰ ਮਹਿੰਗੀ ਮਿਲ ਰਹੀ ਹੈ ਵਿਚਲਾ ਪੈਸਾ ਕਿੱਥੇ ਜਾ ਰਿਹਾ ਪੰਜਾਬ ਦੇ ਸੰਦਰਭ ਵਿੱਚ ਵਿਚੋਲੀਏ ਉਹਨਾਂ ਨੂੰ ਨਹੀਂ ਕਹਿੰਦੇ ਹਿੰਦੁਸਤਾਨ ਦੇ ਸੰਦਰਭ ਤੁਸੀਂ ਦੇਖੋਗੇ ਤੇ ਬਹੁਤ ਵੱਡੀ ਸੰਖਿਆ ਹੈ ਜਿਹੜੇ ਕਿਸਾਨਾਂ ਕੋਲੋਂ ਉਹਨੇ ਪੋਨੇ ਦਾਮ 'ਚ ਚੀਜ਼ ਖਰੀਦਦੇ ਆਂ ਔਰ ਬਾਅਦ ਜਾ ਕਰਕੇ ਜਾਂ ਦੂਜੀ ਜਗ੍ਹਾ ਵੇਚਦੇ ਆਂ ਉਹਨਾਂ ਨੂੰ ਵਿਚੋਲੀਏ ਕਹਿੰਦੇ ਆਂ ਪਹਿਲੀ ਗੱਲ ਇਹ ਅਮਰੀਕਾ ਦਾ ਮਾਡਲ ਇਸ ਮੈਂ ਖਬਰਾ ਜੀ ਸੁਣ ਰਹੇ ਆਂ ਦੂਜੀ ਗੱਲ ਇਹ ਮਾਡਲ ਯੂਪ ਵਿੱਚ ਲਾਗੂ ਹੋ ਗਿਆ ਇਹ ਵੀ ਗਲਤ ਹੈ ਪਹਿਲੀ ਵਾਰੀ ਹਿੰਦੁਸਤਾਨ 'ਚ ਇਹ ਗੱਲ ਆਈ ਹੈ ਇਸ ਤੋਂ ਪਹਿਲਾਂ ਹਿੰਦੁਸਤਾਨ 'ਚ ਕੋਈ ਮਾਡਲ ਹੈ ਹੀ ਨਹੀਂ ਕਿ ਭਈ ਕਿਸਾਨਾਂ ਨੂੰ ਉਹਨਾਂ ਦਾ ਚੰਗਾ ਭਾਅ ਤਾਂ ਹੀ ਮਿਲੇਗਾ ਜੇ ਤੁਸੀਂ ਕੰਪੀਟੀਸ਼ਨ ਪੈਦਾ ਕਰੋਗੇ ਮਾਰਕੀਟ 'ਚ جے خریدن والے ਵਧਣਗੇ ਖਰੀਦਾਰ ਵਧਣਗੇ ਅਜੇ ਕਿਸਾਨ ਕੋਲ ਖਰੀਦਾਰੀ ਹੈ ਨਹੀਂ اگر ਉਹਨਾਂ ਲੱਗਦਾ ਹੈ ਕਿ ਕੋਈ ਆਕੇ ਮੇਰੇ ਕੋਲੋਂ ਮੇਰੇ ਇਸ ਖੇਤੋਂ ਫਸਲ ਲੈ ਸਕਦਾ ਹੈ ਐਮ ਐਸ ਪੀ ਤੋਂ ਵੱਧ ਭਾ ਦੇ ਕੇ ਤੇ ਉਹਨੂੰ ਛੂਟ ਦੇ ਦਿੱਤੀ ਉੱਤੇ ਬੰਦਿਸ਼ ਨਾ ਰਵੇ ਉਹਨੂੰ ਉਹ ਛੂਟ ਰਵੇ ਸਿਰਫ ਇੱਕ ਆਲਟਰਨੇਟਿਵ ਦਿੱਤਾ ਹੈ اگر ਕਿਸਾਨ ਪਰਮ ਨੂੰ ਲੱਗਦਾ ਕਿ ਸੀ ਉਸ ਆਲਟਰਨੇਟਿਵ 'ਚ ਨਹੀਂ ਜਾਣਾ ਤਾਂ ਵੀ ਕੋਈ ਗੱਲ ਨਹੀਂ ਇੰਨਾ ਕਾਨੂੰਨਾਂ ਨੂੰ ਕੋਈ ਜ਼ਬਰਦਸਤੀ ਨਹੀਂ ਲਾਦ ਰਹੇ ਆ ਜਿਹਨ ਸਟੇਟ ਦਾ ਚੀਫ ਮਿਨਿਸਟਰ ਆਪ ਝੂਠ ਬੋਲੇਗਾ ਭ੍ਰਮ ਫੈਲਾਏਗਾ ਕੀ ਇਹਦੇ ਨਾਲ ਤੁਹਾਡੀ ਐਮਐਸਪੀ ਖਤਮ ਹੋ ਜਾਏਗੀ ਇਹਦੇ ਨਾਲ ਤੁਹਾਡੀ ਜ਼ਮੀਨ ਹਥਿਆ ਲੈਣਗੇ ਇਹਦੇ ਨਾਲ ਤੁਹਾਡੀ ਮੰਡੀਆਂ ਖਤਮ ਹੋ ਜਾਣਗੀਆਂ ਜੋ ਚੀਫ ਮਿਨਿਸਟਰ ਪੋਲੀਟੀਕਲ ਪਾਰਟੀਆਂ ਗੱਲ ਕਹਿਣੀਆਂ ਸ਼ੁਰੂ ਕਰਦੀਆਂ ਤੇ ਕਿਸਾਨ ਨੂੰ ਕਿਤੇ ਨਾ ਕਿਤੇ ਖਤਸ਼ਾ ਪੈਦਾ ਹੁੰਦਾ ਯਾਰ ਮੁੱਖ ਮੰਤਰੀ ਗੱਲ ਕਹਿ ਰਿਹਾ ਹੈ ਅਫਸਰ ਇਹ ਗੱਲ ਕਹਿ ਰਹੇ ਨੇ ਬਾਕੀ ਪਾਰਟੀਆਂ ਗੱਲ ਕਹਿ ਰਹੀਆਂ ਕਿਤੇ ਗੱਲ ਸੱਚੀ ਤਾਂ ਨਹੀਂ ਹੈ 70 70 ਸਾਲਾਂ ਦੇ ਤਜਰਬੇ ਵਾਲੇ ਕਿਸਾਨ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਵੀ ਭ੍ਰਮ ਨੇ ਆਪਣੇ ਲਪੇਟ ਦੇ ਵਿੱਚ ਲੈ ਲਿਆ ਤਾਂ ਤੁਹਾਨੂੰ ਕੀ ਲੱਗਦਾ ਕਿ ਉਹ ਏਡੀਆਂ ਜਿਨ੍ਹਾਂ ਨੇ ਇੰਨੇ ਸੰਘਰਸ਼ ਕੀਤੇ ਹੋਏ ਨੇ ਉਹ ਤਜਰਬੇਕਾਰ ਲੋਕ ਵੀ ਇਸ ਵੇਲੇ ਸੰਘਰਸ਼ ਜਿਹੜੇ ਕਰ ਰਹੇ ਨੇ ਉਹ ਵੀ ਭ੍ਰਮ ਦਾ ਸ਼ਿਕਾਰ ਹੋ ਚੁੱਕੇ ਨੇ ਤੇ ਉਹਨਾਂ ਨੂੰ ਯੂਟੀ ਬਣਾ ਕੇ ਉਹ ਪੂਰੇ ਦੇਸ਼ ਵਾਂਗੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਈ ਸਟੇਟਾਂ ਤੇ ਹਾਲਾਤ ਵੱਖਰੇ ਨੇ ਉੱਥੇ ਵੱਖਰੇ ਕਾਨੂੰਨ ਪਹਿਲਾਂ ਹੀ ਚੱਲ ਰਹੇ ਨੇ ਵਕ ਵਕ ਕਲਾਜ਼ ਮਿਲੇ ਹੋਏ ਨੇ ਉਹਨਾਂ ਨੂੰ ਵੱਖ-ਵੱਖ ਧਾਰਾ ਮਿਲੀਆਂ ਹੋਈਆਂ ਨੇ ਉਹਨਾਂ ਦੇ ਮੁਤਾਬਕ ਤਾਂ ਫੈਸਲੇ ਲਏ ਜਾ ਸਕਦੇ ਨੇ ਉਹਨਾਂ ਦੇ ਵਿੱਚ ਪੰਜਾਬ ਤੇ ਹਰਿਆਣਾ ਵੀ ਇੱਥੋਂ ਛੱਡਿਆ ਜਾ ਸਕਦਾ ਇਸ ਕਾਨੂੰਨ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਇਹ ਤੇ ਉਸ ਤੋਂ ਬਾਅਦ ਸ਼ੇਖ ਅਬਦੁੱਲਾਹ ਨਹਿਰੂ ਸਾਹਿਬ ਦੀ ਦੋਸਤੀ ਸੀ ਉਸ ਦੋਸਤੀ ਜੋ 370 ਨਿਕਲੀ ਆ ਔਰ 370 ਦਾ ਕੋਈ ਕਨਸਟੀਟਿਊਸ਼ਨਲ ਨਹੀਂ ਸੀ ਪੰਜਾਬ ਦੇ ਵਿੱਚ ਆ ਰਹੇ ਨੇ ਦੂਜੇ ਪਾਸੇ ਕਿਸਾਨਾਂ ਨੂੰ ਭਰੋਸਾ ਦਿੱਤਾ ਜਾ ਰਿਹਾ ਕਿ ਕਿਸਾਨਾਂ ਦੇ ਨਾਲ ਆਸੀਂ ਵਪਾਰੀ ਕਰਨ ਜਦੋਂ ਹੋ ਗਿਆ ਫਿਰ ਕਿਸਾਨਾਂ ਦੀ ਹਤਿਆਸ਼ ਕਿਵੇਂ ਹੋਵੇਗੀ ਬੀਜੇਪੀ ਦੁਨੀਆ ਦੇ ਸਾਰੇ ਦੇਸ਼ਾਰੇ ਸ਼ਹਿਰ ਕਹਿੰਦੇ ਆ ਕਿ ਸਾਡੇ ਦੇਸ਼ ਚ ਇਨਵੈਸਟਮੈਂਟ ਆਏ ਸਾਡੇ ਸੂਬੇ ਚ ਇਨਵੈਸਟਮੈਂਟ ਆਏ ਕੈਪਟਨ ਸਾਹਿਬ ਉਸ ਤੋਂ ਪਹਿਲਾਂ ਬਾਦੋ ਸਾਹਿਬ ਵੱਡੇ ਕਰੋੜਾ ਰੁਪਏ ਖਰਚ ਕੇ ਇਨਵੈਸਟਰ ਸੰਮੇਲਨ ਕਰਦੇ ਨੇ ਕਰਦੇ ਨੇ ਨਾ ਇਨਵੈਸਟਮੈਂਟ ਆਏ ਅੱਜ ਚੀਨ ਤੋਂ ਇੰਡਸਟਰੀ ਦੌੜ ਰਹੀ ਹੈ ਸਾਰੇ ਦੁਨੀਆ ਦੇ ਦੇਸ਼ਾਂ ਚ ਹੋੜ ਲੱਗੀ ਆ ਕਿ ਇੰਡਸਟਰੀ ਸਾਡੇ ਦੇਸ਼ ਆਰੀ ਸਾਡੀ ਵੀ ਲੱਗੀ ਆ ਕਿਉਂ ਇੰਡਸਟਰੀ ਆਏਗੀ ਇਨਵੈ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਹੋਈ ਹੈ ਜਿਸ ਦੇ ਵਿੱਚ ਇੱਕ ਗੱਲ ਖਾਸ ਨਿਕਲੀ ਹੈ ਕਿ ਹੁਣ 15 ਦਿਨ ਦਾ ਸਮਾਂ ਦੇ ਦਿੱਤਾ ਗਿਆ ਸਾਡੇ ਨਾਲ ਬੀਜੇਪੀ ਦੇ ਸੀਨੀਅਰ ਆਗੂ ਡਾਕਟਰ ਸੁਭਾਸ਼ ਨੇ ਸਰ ਅੱਜ ਇਹ ਜਿਹੜੀ ਬੈਠਕ ਹੋਈ ਹੈ ਬੈਠਕ ਦੇ ਵਿੱਚੋਂ 15 ਦਿਨ ਦਾ ਸਮਾਂ ਕਿਤਨਾ ਕਿਤੇ ਸਿੱਧੇ ਤੌਰ ਤੇ ਗੇਂਦ ਕੇਂਦਰ ਦੇ ਪਾਲੇ ਵਿੱਚ ਪਾ ਦਿੱਤੀ ਗਈ ਹੈ ਤੁਹਾਡੀ ਵੀ ਅਹਿਮ ਜ਼ਿੰਮੇਵਾਰੀ ਹੈ ਤੁਸੀਂ ਕੇਂਦਰ ਦੇ ਨਾਲ ਲਗਾਤਾਰ ਟੱਚ ਦੇ ਵਿੱਚ ਹੋ ਹੁਣ ਕੀ ਕੋਸ਼ਿਸ਼ ਕਰਨ ਵਾਲੀ ਹੈ ਕਿਉਂਕਿ ਕੇਂਦਰ ਦੇ ਉੱਪਰ ਗੱਲ ਆ ਗਈ ਸਰ ਨਹੀਂ ਕੇਂਦਰ ਸਰਕਾਰ ਪਹਿਲੇ ਦਿਨ ਤੋਂ ਹੀ ਇਹ ਗੱਲ ਕਹਿ ਰਹੀ ਸੀ ਕਿ ਅਸੀਂ ਪੰਜਾਬ ਚ ਰੀਅਲ ਸਰਵਿਸ ਚਲਾਉਣਾ ਚਾਹੁੰਦੇ ਆਂ ਔਰ ਅਸੀਂ ਚਲਾਵ ਵੀ ਦਿੱਤੀ ਸੀ ਤੁਹਾਨੂੰ ਯਾਦ ਹੋਊਗਾ ਟ੍ਰੇਨ ਚੱਲ ਗਈ ਰਸਤੇ ਚ ਫਿਰ ਰੁਕ ਗਈ ਸੁਰੱਖਿਆ ਦਾ ਮਸਲਾ ਸੀਗਾ ਪਰ ਅੱਜ ਮੈਂ ਸਮਝਦਾ ਕਿ ਬੜਾ ਸ਼ਲਾਘਾਜਨ ਕਦਮ ਹੈ ਕਿਸਾਨ ਯੂਨੀਅਨਾਂ ਨੇ ਜੋ ਫੈਸਲਾ ਲਿਆ ਅਸੀਂ ਉਹਦਾ ਸਵਾਗਤ ਕਰਦੇ ਆਂ ਵੈਲਕਮ ਕਰਦੇ ਆਂ ਪੰਜਾਬ ਚ ਰੀਅਲ ਸ਼ੁਰੂ ਹੋਏਗਾ ਪਰ ਤੁਹਾਡੇ ਹਿਸਾਬ ਦੇ ਨਾਲ ਜੇ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਕਿਉਂਕਿ ਕਿਸਾਨ ਜਿੰਨੀ ਵਾਰ ਵੀ ਦਿੱਲੀ ਜਾਂਦੇ ਨੇ ਉੱਥੋਂ ਇੱਕੋ ਗੱਲ ਸਾਹਮਣੇ ਆਉਂਦੀ ਹੈ ਕਿ ਕੇਂਦਰ ਸਮਝਾਉਣ ਲੱਗ ਪੈਂਦੀ ਹੈ ਵੀ ਕਾਨੂੰਨ ਤੁਹਾਡੇ ਹੱਕ ਦੇ ਵਿੱਚ ਨੇ ਤੇ ਕਿਸਾਨ ਦੂਜੇ ਪਾਸੇ ਇਸੇ ਗੱਲ ਤੇ ਅੜੇ ਹੋਏ ਨੇ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਸਵੀਕਾਰ ਨਹੀਂ ਕਰਦੇ ਤਾਂ ਇਸ ਮਾਹੌਲ ਦੇ ਵਿੱਚ ਕਿਵੇਂ ਹੱਲ ਲੱਭਿਆ ਜਾਵੇਗਾ ਕੇਂਦਰ ਦੀ ਸਰਕਾਰ ਦੇ ਵੱਲ ਨਹੀਂ ਦੇਖੋ ਜਿਹੜੀ ਪਿਛਲੀ ਮੀਟਿੰਗ ਹੋਈ ਲਗਭਗ 8 ਘੰਟੇ ਮੀਟਿੰਗ ਚੱਲੀ ਸਾਡੇ ਤਿੰਨ ਕੇਂਦਰੀ ਮੰਤਰੀ ਸੀ ਸਾਰੀਆਂ ਕਿਸਾਨ ਯੂਨੀਅਨਾਂ ਦੇ ਆਗੂ ਸੀਗੇ ਬੜੇ ਅੱਛੇ ਵਾਤਾਵਰਣ ਚ ਗੱਲ ਹੋਈ ਹੈ ਕੋਈ ਉਹਦੇ ਚ ਤਲਖੀ ਨਹੀਂ ਸੀ ਉਸ ਗੱਲਬਾਤ ਚ ਉਹਨਾਂ ਨੇ ਆਪਣੀ ਗੱਲ ਬੜੇ ਵਿਸਤਾਰ ਪੂਰਵਕ ਰੱਖੀ ਸਭ ਨੂੰ ਮੌਕਾ ਮਿਲਿਆ ਪੂਰੀ ਕਿਸਾਨ ਯੂਨੀਅਨ ਨੇ ਜ਼ਿਆਦਾ ਸਮਾਂ ਆਪਣੀ ਗੱਲ ਰੱਖੀ ਸਰਕਾਰ ਨੇ ਵੀ ਆਪਣਾ ਪੱਖ ਰੱਖਿਆ ਦੋਨਾਂ ਨੇ ਆਪਣਾ ਆਪਣਾ ਪੱਖ ਰੱਖਿਆ ਔਰ ਉਹ ਪੱਖ ਰੱਖਣ ਤੋਂ ਬਾਅਦ ਇਹ ਗੱਲ ਧਿਆਨ ਚ ਆਈ ਕਿ ਹੱਲੇ ਇੱਕ ਸਹਿਮਤੀ ਬਣਾ ਲਈ ਹੋਰ ਮੀਟਿੰਗਸ ਦੀ ਜ਼ਰੂਰਤ ਪਵੇਗੀ ਕਿਸਾਨ ਯੂਨੀਅਨ ਨੇ ਵੀ ਮੰਨਿਆ ਕਿ ਹਾਂ ਗੱਲਬਾਤ ਬੜੇ ਅੱਛੇ ਤਰੀਕੇ ਨਾਲ ਹੋਈ ਹੈ ਗੱਲਬਾਤ ਅੱਗੇ ਵਧੇਗੀ ਤੇ ਇਸ ਚ ਹੱਲ ਨਿਕਲੇਗਾ ਤੁਸੀਂ ਦੇਖੋਗੇ ਬਾਹਰ ਆ ਕਰਕੇ ਸਾਰੇ ਕਿਸਾਨ ਯੂਨੀਅਨ ਨੇ ਗੱਲ ਕਹੀ ਹੈ ਸਰਕਾਰ ਨੇ ਵੀ ਇਹ ਗੱਲ ਕਹੀ ਹੈ ਔ ਸਮਝਣਾ ਵਿਚਾਰ ਰਹੇ ਆ ਸਮਝਾਣਾ ਵਿਚਾਰ ਰਹੇ ਆ ਕੱਲਾ ਸਮਝਾਣਾ ਚਾ ਰਹੇ ਆ ਐਸਾ ਨਹੀਂ ਸਮਝਣਾ ਵਿਚਾਰ ਰਹੇ ਆ ਇਸਕੇ ਉਸ ਦਿਨ ਸਮਝਿਆ ਜਿਆਦਾ ਜੇ 7 ਘੰਟੇ ਦੀ ਮੀਟਿੰਗ ਸੀ ਤੇ 5 ਘੰਟੇ ਸਮਝਾਇਆ ਸੀ ਔਰ ਅਸੀਂ ਇਹ ਵੀ ਗੱਲ ਕਹੀ ਹੈ ਸਰਕਾਰ ਨੇ ਕਿ ਕਮੇਟੀ ਬਣ ਜਾਏ ਜਿਹੜੀ ਕਮੇਟੀ ਚ ਕਿਸਾਨ ਆਗੂ ਵੀ ਹੋਣ ਸਰਕਾਰ ਦੇ ਪ੍ਰਤੀਨਿਧੀ ਵੀ ਹੋਣ ਖੇਤੀ ਮਾਹਿਰ ਵੀ ਹੋਣ ਇਹਨਾਂ ਕਾਨੂੰਨਾਂ ਦੇ ਕਿ ਕਲਾਸ ਤੇ ਚਰਚਾ ਹੋ ਜਾਏ ਜਿੱਥੇ ਕਿਤੇ ਕੋਈ ਲੱਗਦਾ ਵਿਚਾਰ ਕਰ ਸਕਦੀ ਹੈ ਸਰਕਾਰ ਕਮੇਟੀ ਉਹ ਵਿਚਾਰ ਕਰੇ ਸਰਕਾਰ ਦਾ ਮਨ ਬਿਲਕੁਲ ਖੁੱਲਾ ਹੈ ਲੇਕਿਨ ਰਸਤਾ ਗੱਲਬਾਤ ਚੋਂ ਨਿਕਲਣਾ ਹੈ ਗੱਲਬਾਤ ਚੋਂ ਮਸਲੇ ਹੱਲ ਹੋਣੇ ਨੇ ਪਰ ਜੇ ਗੱਲਬਾਤ ਚੋਂ ਮਸਲੇ ਹੱਲ ਹੋਣੇ ਨੇ ਫਿਰ ਬੀਜੇਪੀ ਦੇ ਆਗੂ ਇਦਾਂ ਦੇ ਬਿਆਨ ਕਿਉਂ ਦਿੰਦੇ ਨੇ ਕਿ ਬਿਹਾਰ ਦੇ ਵਿੱਚ ਜਿਹੜੀ ਜਿੱਤ ਹੋਈ ਹੈ ਉਹ ਜਿਹੜੇ ਪੰਜਾਬ ਦੇ ਵਿੱਚ ਰੋਸ ਧਰਨੇ ਕਰ ਰਹੇ ਨੇ ਵਿਰੋਧ ਕਰ ਰਹੇ ਨੇ ਬੀਜੇਪੀ ਸਰਕਾਰ ਦਾ ਉਹਨਾਂ ਦੇ ਮੂੰਹ ਤੇ ਛਪੇੜ ਹੈ ਇਦਾਂ ਦੇ ਬਿਆਨ ਕਿਉਂ ਆ ਰਹੇ ਨੇ ਫਿਰ ਬੀਜੇਪੀ ਦੇ ਆਗੂ ਵੱਲੋਂ ਜੇ ਅਸੀਂ ਚਾਹੁੰਦੇ ਹ ਕੀ ਭਾਜਪਾ ਦੇ ਕਿਸੇ ਨੇਤਾ ਨੇ ਐਸਾ ਬਿਆਨ ਦਿੱਤਾ ਦਿਨਾਂ ਵੀ ਨਹੀਂ ਚਾਹੀਦਾ ਬਿਲਕੁਲ ਜਿਹੜੇ ਕਿਸਾਨ ਅੰਦੋਲਨ ਕਰ ਰਹੇ ਨੇ ਪੰਜਾਬ ਦੇ ਸਾਡੇ ਭਰਾ ਨੇ ਪਰ ਅਸੀਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਹੇ ਹਾਂ ਕਿ ਕਿਸਾਨ ਅੰਨਦਾਤਾ ਹੈ ਪੰਜਾਬ ਦਾ ਕਿਸਾਨ ਹਿੰਦੁਸਤਾਨ ਦਾ ਕਿਸਾਨ ਸਾਡੇ ਲਈ ਬਿਲਕੁਲ ਰੱਬ ਸਮਾਨ ਹੈ ਅੰਨਦਾਤਾ ਹੈ ਉਹਦੇ ਇੱਜ਼ਤ ਇhtaram ਚ ਕੋਈ ਕਮੀ ਨਹੀਂ ਹੈ ਔਰ ਅਸੀਂ ਜੋ ਕੁਝ ਕਰ ਰਹੇ ਹਾਂ ਕਿਸਾਨਾਂ ਦੇ ਭਲੇ ਲਈ ਕਰ ਰਹੇ ਹਾਂ ਸਾਨੂੰ ਕਿਉਂਕਿ ਸਵਾਲ ਇਹ ਤਾਂ ਪੈਦਾ ਹੁੰਦਾ ਵਿਚੋਲੀਏ ਵੀ ਕਿਹਾ ਜਾ ਰਿਹਾ ਕਿਸਾਨਾਂ ਨੂੰ ਕਿ ਵਿਚੋਲੀਏ ਧਰਨੇ ਦੇ ਰਹੇ ਨੇ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਗੁੰਮਰਾਹ ਕੀਤਾ ਜਾ ਰਿਹਾ ਕਿਸਾਨ ਹੁਣ ਕਿਉਂਕਿ ਕਿਸਾਨ ਆਪਣੇ ਤੌਰ ਤੇ ਸਾਰੇ ਸੰਘਰਸ਼ ਕਰ ਰਹੇ ਨੇ ਗੁੰਮਰਾਹ ਕਰ ਰਹੇ ਨੇ ਜਾਂ ਵਿਚੋਲੀਏ ਕਹਿ ਰਹੇ ਨੇ ਇਹ ਜਿਹੜੇ ਬਿਆਨ ਇਹ ਤਾਂ ਭਾਜੀਪੀ ਦੇ ਆਗੂ ਵੱਡੀਆਂ-ਵੱਡੀਆਂ ਸਟੇਜਾਂ ਤੋਂ ਦਿੰਦੇ ਰਹੇ ਨੇ ਬਿਹਾਰ ਦੇ ਨਹੀਂ ਕਿਸਾਨਾਂ ਨੂੰ ਵਿਚੋਲੀਏ ਨਹੀਂ ਕਿਹਾ ਤੁਸੀਂ ਇਹ ਗੱਲ ਸਮਝੋ ਜਿਹੜੀ ਬਿਹਾਰ ਦੀ ਤੁਸੀਂ ਗੱਲ ਕੀਤੀ ਹੈ ਹਿੰਦੁਸਤਾਨ 'ਚ ਔਰ ਅਸੀਂ ਗੱਲ ਕਹਿ ਵੀ ਰਹੇ ਹਾਂ ਅੱਜ ਵੀ ਮੈਂ ਕਹਿ ਰਿਹਾ ਕਿਸਾਨ ਕੋ ਕੰਜ਼ਿਊਮਰ ਨੂੰ ਮਿਲਦੀ ਹੈ 100 ਰੁਪਏ ਦੀ 80 ਰੁਪਏ ਦੀ ਕਿਸਾਨ ਨੂੰ ਘੱਟ ਪੈਸੇ ਮਿਲ ਰਿਹਾ ਕੰਜ਼ਿਊਮਰ ਨੂੰ ਮਹਿੰਗੀ ਮਿਲ ਰਹੀ ਹੈ ਵਿਚਲਾ ਪੈਸਾ ਕਿੱਥੇ ਜਾ ਰਿਹਾ ਹੈ ਵਿਚੋਲਿਆਂ ਕੋ ਜਾ ਰਿਹਾ ਨਾ ਸਾਡੀ ਸਰਕਾਰ ਨੇ ਗੱਲ ਕਹੀ ਜਾਂ ਨੇਤਾਵਾਂ ਨੇ ਗੱਲ ਕਹੀ ਕਿ ਇਨਾ ਕਾਨੂੰਨਾ ਦੇ ਮਾਧਿਅਮ ਨਾਲ ਅਸੀਂ ਚਾਹੁੰਦੇ ਹਾਂ ਕਿ ਕਿਸਾਨ ਨੂੰ ਇੱਕ ਪੈਰਲਲ ਮੰਡੀ ਮਿਲੇ ਕਿਸਾਨ ਕੰਜ਼ਿਊਮਰ ਨਾਲ ਸਿੱਧਾ ਕਨੈਕਟ ਹੋਵੇ ਕੰਜ਼ਿਊਮਰ ਨੂੰ ਚੀਜ਼ ਸਸਤੀ ਮਿਲੇ ਕਿਸਾਨ ਨੂੰ ਉਹਦਾ ਚੰਗਾ ਭਾ ਮਿਲੇ ਉਹ ਜਿਹੜਾ ਵਿਚਕਾਰ ਵਿਚੋਲੀਏ ਬੈਠੇ ਨੇ ਜਿਹੜੇ ਕਿਸਾਨ ਦੀ ਮਿਹਨਤ ਦਾ ਵੀ ਖਾ ਜਾਂਦੇ ਨੇ ਔਰ ਕੰਜ਼ਿਊਮਰ ਨੂੰ ਵੀ ਕਰ ਰਹੇ ਨੇ ਉਹਨਾਂ ਵਿਚੋਲੀਆਂ ਦੇ ਖਿਲਾਫ ਗੱਲ ਲਈ ਕਿਸਾਨਾਂ ਨੂੰ ਵਿਚੋਲਿਆ ਨਹੀਂ ਕਿਹਾ ਆਰਤੀ ਤੇ ਚੁਪ ਕਰਕੇ ਬੈਠੇ ਨੇ ਕਿਉਂਕਿ ਸਿੱਧਾ ਨਿਸ਼ਾਨਾ ਤਾਂ ਆਰਤੀਆਂ ਤੇ ਆ ਜਾਂਦਾ ਫਿਰ ਆਰਤੀਆਂ ਨੂੰ ਵੀ ਵਿਚੋਲੀਆਂ ਨਹੀਂ ਕਿਹਾ ਇੱਕ ਗੱਲ ਸਮਝੋ ਆਰਤੀਏ ਵਿਚੋਲੀਆਂ ਨਹੀਂ ਹੈ ਆਰਤੀ ਤੇ ਸਰਕਾਰ ਦੇ ਲਾਇਸੈਂਸ ਪ੍ਰਾਪਤ ਏਜੰਟ ਨੇ ਕਮਿਸ਼ਨ ਏਜੰਟ ਨੇ ਉਹ ਵਿਚੋਲੀਆਂ ਨਹੀਂ ਹੈ ਪੰਜਾਬ ਦੇ ਸੰਦਰਭ ਵਿੱਚ ਵਿਚੋਲੀਆਂ ਉਹਨਾਂ ਨੂੰ ਨਹੀਂ ਕਹ ਰਹੇ ਹਿੰਦੁਸਤਾਨ ਦੇ ਸੰਦਰਭ ਵਿੱਚ ਤੁਸੀਂ ਦੇਖੋਗੇ ਤੇ ਬਹੁਤ ਵੱਡੀ ਸੰਖਿਆ ਹੈ ਜਿਹੜੇ ਕਿਸਾਨਾਂ ਕੋਲੋਂ ਔਨੇ ਪੌਨੇ ਧਾਮ ਚ ਚੀਜ਼ ਖਰੀਦਦੇ ਆਂ ਔਰ ਬਾਅਦ ਜਾ ਕਰਕੇ ਜਾਂ ਦੂਜੀ ਜਗ੍ਹਾ ਵੇਚਦੇ ਆਂ ਉਹਨਾਂ ਨੂੰ ਵਿਚੋਲੀਆਂ ਕਹ ਰਹੇ ਆਂ ਆਰਥਿਆਂ ਨੂੰ ਵਿਚੋਲੀਆਂ ਨਹੀਂ ਕਹਿ ਰਹੇ ਨਾ ਇੱਕ ਪੈਰਲਲ ਮੰਡੀ ਤਾਂ ਯੂਪੀ ਦੇ ਵਿੱਚ ਵੀ ਦਿੱਤੀ ਗਈ ਸੀ ਉੱਥੇ ਤਾਂ ਯੂਪੀ ਦਾ ਕਿਸਾਨ ਜਿਹੜਾ ਉਹ ਅੱਜ ਮਜ਼ਦੂਰ ਬਣ ਕੇ ਪੰਜਾਬ ਦੇ ਵਿੱਚ ਮਜ਼ਦੂਰੀ ਕਰ ਰਿਹਾ ਜੇ ਇੱਥੇ ਪੈਰਲਲ ਮੰਡੀ ਦੇਤੀ ਤਾਂ ਉਹੀ ਹਾਲਾਤ ਪੰਜਾਬ 'ਚ ਨਹੀਂ ਬਣਨਗੇ ਤੁਹਾਡਾ ਖਿਆਲ ਇਹ ਮਾਡਲ ਕਿਧਰੋਂ ਸੈੱਟ ਹੋਇਆ ਕਿਉਂਕਿ ਜਿਹੜੇ ਮਾਡਲ ਦੀ ਅਸੀਂ ਗੱਲ ਕਰ ਰਹੇ ਹਾਂ ਅਮਰੀਕਾ ਦੇ ਵਿੱਚ ਫੇਲ ਹੋ ਚੁੱਕਾ ਪੰਜਾਬ ਅਸੀਂ ਆਪਣੇ ਖਿੱਤੇ ਦੀ ਗੱਲ ਕਰ ਲਈਏ ਸਾਡੇ ਦੇਸ਼ ਦੇ ਵਿੱਚ ਵੀ ਫੇਲ ਹੋ ਚੁੱਕਾ ਤੇ ਉਹਨੂੰ ਕੋਰੋਨਾ ਦੇ ਕਾਲ ਦੇ ਵਿੱਚ ਲਿਆਉਣ ਦਾ ਕਿਉਂ ਲੋਡ ਪੈ ਗਈ ਇਹ ਸਵਾਲ ਵੱਡੇ ਪੱਧਰ ਤੇ ਉੱਠਦੇ ਦੇਖੋ ਮੈਨੂੰ ਲੱਗਦਾ ਹੈ ਕਿ ਜੇ ਕਾਨੂੰ ਇਹ ਅਮਰੀਕਾ ਦਾ ਮਾਡਲ ਇਸ ਮੈਂ ਖਬਰਾ ਜੀ ਸੁਣ ਰਿਹਾ ਹਾਂ ਦੂਜੀ ਗੱਲ ਇਹ ਮਾਡਲ ਯੂਪੀ ਚ ਲਾਗੂ ਹੋ ਗਿਆ ਇਹ ਵੀ ਗਲਤ ਹੈ ਪਹਿਲੀ ਵਾਰੀ ਹਿੰਦੁਸਤਾਨ ਚ ਇਹ ਗੱਲ ਆਈ ਹੈ ਇਸ ਤੋਂ ਪਹਿਲਾਂ ਹਿੰਦੁਸਤਾਨ ਚ ਕੋਈ ਮਾਡਲ ਹੈ ਹੀ ਨਹੀਂ ਇਹ ਗੱਲ ਪਹਿਲੀ ਵਾਰੀ ਆਈ ਹੋਰ ਅੱਜ ਅਸੀਂ ਨਹੀਂ ਕਹੀ ਇਹ ਗੱਲ ਪਿਛਲੇ 10 ਸਾਲ ਚੋਂ ਹਿੰਦੁਸਤਾਨ ਚੱਲ ਰਹੀ ਸੀ ਮਨਮੋਹਨ ਸਿੰਘ ਜੀ ਨੇ ਗੱਲ ਕਹੀ ਮੌਨਟੇਕ ਸਿੰਘ ਆਲੂ ਵਾਲੀਆ ਨੇ ਗੱਲ ਕਹੀ ਸਾਰੇ ਖੇਤੀਮਾਰਾਂ ਨੇ ਗੱਲ ਕਹੀ ਇੱਥੋਂ ਤੱਕ ਕਿ ਜਿਹੜੇ ਪੰਜਾਬ ਦੇ ਸਾਡੇ ਸਭ ਤੋਂ ਵੱਡੇ ਖੇਤੀ ਮਾਹਿਰ ਨੇ ਜੋਹਲ ਸਾਹਿਬ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਲੰਬੇ ਸਮੇਂ ਤੋਂ ਸਾਡੀ ਇਹ ਮੰਗ ਕਿ ਭਾਈ ਕਿਸਾਨਾਂ ਨੂੰ ਉਹਨਾਂ ਦਾ ਚੰਗਾ ਭਾਅ ਤਾਂ ਹੀ ਮਿਲੇਗਾ ਜੇ ਤੁਸੀਂ ਕੰਪੀਟੀਸ਼ਨ ਪੈਦਾ ਕਰੋਗੇ ਮਾਰਕੀਟ 'ਚ ਜੇ ਖਰੀਦਣ ਵਾਲੇ ਵਧਣਗੇ ਖਰੀਦਦਾਰ ਵਧਣਗੇ ਅਜੇ ਤੱਕ ਕਿਸਾਨ ਕੋਲ ਖਰੀਦਾਰ ਹੀ ਹਨੀ ਮੇਰੀ ਗੱਲ ਪੂਰੀ ਹੋਣ ਦਿਓ ਇਸ ਲਈ ਇੱਕ ਐਸੀ ਮੰਡੀ ਬੰਨੀ ਚਾਹੀਦੀ ਹੈ ਜਿੱਥੇ ਜ਼ਿਆਦਾ ਤਦਾਦ ਦੇ ਖਰੀਦਦਾਰ ਆਣ ਤਾਂ ਕਿ ਕਿਸਾਨ ਨੂੰ ਕੋਈ ਬੰਦਿਸ਼ ਨਾ ਰਹੇ ਮੈਂ ਤੁਹਾਨੂੰ ਇੱਕ ਛੋਟੀ ਉਦਾਹਰਣ ਦੇ ਕੇ ਸਮਝਾਣਾ ਹੈ ਇਹ ਮਾਡਲ ਛੱਡ ਦਿਓ ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂਦੇ ਹਾਂ ਇੱਕ ਸੜਕ ਹੈ ਅੱਜਕੱਲ ਇੱਕ ਨਵਾਂ ਹਿੰਦੁਸਤਾਨ ਵੀ ਪੂਰੀ ਦੁਨੀਆ ਚਾਹੇ ਕਿ ਬਾਈਪਾਸ ਤੋਂ ਵੱਡੇ ਹਾਈਵੇਜ਼ ਬਣਾਓ ਠੀਕ ਹੈ ਨਾ ਤੁਸੀਂ ਕਦੀ ਆਗਰਾ ਮਥਰਾ ਬਾਈਪਾਸ ਗਏ ਉਹਦੇ ਨਾਲੋਂ ਪੁਰਾਣੀ ਸੜਕ ਖਤਮ ਨਹੀਂ ਹੋ ਜਾਂਦੀ ਜਿੰਨਾ ਲੋਕਾਂ ਨੇ ਪੁਰਾਣੀ ਸੜਕ ਤੇ ਜਾਣਾ ਹੈ ਉਹ ਪੁਰਾਣੀ ਸੜਕ ਤੇ ਜਾਣ ਜਿਨਾਂ ਨੂੰ ਲੱਗਦਾ ਕਿ ਨਹੀਂ ਯਾਰ ਅਸੀਂ ਤੇ ਏਡੀ ਦੂਰ ਜਾਣਾ ਸਾਨੂੰ ਪੁਰਾਣੀ ਸੜਕ ਤੇ ਸ਼ਾਰਾਂ ਚੋਂ ਲੰਘ ਕੇ ਜਾਣ ਦੀ ਲੋੜ ਨਹੀਂ ਹੈ ਅਸੀਂ ਹਾਈਵੇ ਲੈਣਾ ਚਾਹੁੰਦੇ ਹਾਂ ਉਹ ਹਾਈਵੇ ਤੋਂ ਜਾਣ ਅਸੀਂ ਪੁਰਾਣੀ ਸਿਸਟਮ ਨੂੰ ਐਜ਼ ਇਟ ਇਜ਼ ਕੰਟੀਨਿਊ ਰੱਖਿਆ ਐਮ ਐਸ ਪੀ ਰਹੇਗੀ ਮੰਡੀਆਂ ਰਹਿਣਗੀਆਂ ਲੇਕਿਨ ਨਾਲ ਕਿਸਾਨ ਨੂੰ ਜ਼ਿਆਦਾ ਆਲਟਰਨੇਟਿਵ ਦੇਣ ਲਈ ਇੱਕ ਪੈਰਲਲ ਮੰਡੀ ਬਣਾਈ ਤਾਂ ਕਿ ਕਿਸਾਨ ਨੂੰ ਜ਼ਿਆਦਾ ਆਲਟਰਨੇਟਿਵ ਮਿਲਣ ਉਹ ਅਗਰ ਮੰਡੀ ਜਾ ਕੇ ਵੇਚਣਾ ਚਾਹੁੰਦਾ ਐਮ ਐਸ ਪੀ ਤੇ ਵੈ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਆ ਕੇ ਮੇਰੇ ਕੋਲੋਂ ਮੇਰੀ ਇਸ ਖੇਤੋਂ ਫਸਲ ਲੈ ਸਕਦਾ ਹੈ ਐਮਐਸਪੀ ਤੋਂ ਵੱਧ ਭਾਅ ਦੇ ਕੇ ਤੇ ਉਹਨੂੰ ਛੂਟ ਦੇ ਦਿੱਤੀ ਉੱਤੇ ਬੰਦੀਸ਼ ਨਾ ਰਵੇ ਉਹਨੂੰ ਉਹ ਛੂਟ ਰਵੇ ਸਿਰਫ ਇੱਕ ਆਲਟਰਨੇਟਿਵ ਦਿੱਤਾ ਹੈ ਅਗਰ ਕਿਸਾਨ ਪਰ ਉਹਨਾਂ ਨੂੰ ਲੱਗਦਾ ਹੈ ਕਿ ਉਹ ਉਸ ਆਲਟਰਨੇਟਿਵ 'ਚ ਨਹੀਂ ਜਾਣਾ ਤਾਂ ਵੀ ਕੋਈ ਗੱਲ ਨਹੀਂ ਇੰਨਾ ਕਾਨੂੰਨ ਉਹ ਕੋਈ ਜ਼ਬਰਦਸਤੀ ਨਹੀਂ ਲਾਦ ਰਹੇ ਆ ਇਹ ਜਸਟ ਇੱਕ ਆਲਟਰਨੇਟਿਵ ਨੇ ਉਸ ਕਰਕੇ ਦੇ ਰਹੇ ਆ ਆਲਟਰਨੇਟਿਵ ਤੁਸੀਂ ਦੇਖੋਗੇ ਕਿ ਬਹੁਤ ਸਾਰੀ ਫਸਲ ਹਿੰਦੁਸਤਾਨ 'ਚ ਹੱਲੇ ਵੀ ਐਸੀ ਹੈ ਜਿਹੜੀ ਕਿਸਾਨ ਨੂੰ ਠੀਕ ਪਾਣੀ ਮਿਲ ਰਿਹਾ ਕਿਉਂਕਿ ਖਰੀਦਾਰ ਨਹੀਂ ਹੈਗੇ ਖਰੀਦਾਰਸ ਕਰਕੇ ਨਾ ਕਿ ਪ੍ਰਾਈਵੇਟ ਮੰਡੀ ਨਹੀਂ ਹੈਗੀ ਬੜੇ ਹੈਰਾਨੀ ਦੀ ਗੱਲ ਇਹ ਵੀ ਜਦ ਤੁਸੀਂ ਜ਼ਿਕਰ ਕੀਤਾ ਕਿ ਐਮਐਸਪੀ ਤਾਂ ਬਹੁਤ ਸਾਰੀਆਂ ਫਸਲਾਂ ਤੇ ਆਲਰੇਡੀ ਹੈਗੀ ਉਹ ਮਿਲ ਨਹੀਂ ਰਹੀ ਉਹ ਪਹਿਲਾਂ ਵੀ ਕਿਉਂਕਿ ਜੇ ਹੁਣ ਕੇਂਦਰ ਸਰਕਾਰ ਵੀ ਭਰੋਸਾ ਦੇ ਰਹੀ ਹੈ ਭਾਵੇਂ ਉਹ ਜ਼ੁਬਾਨੀ ਕਲਾਮੀ ਦੇ ਰਹੀ ਹੈ ਭਰੋਸਾ ਕਿ ਐਮਐਸਪੀ ਦੇਵਾਂਗੇ ਪਰ ਐਮਐਸਪੀ ਤਾਂ ਪਹਿਲਾਂ ਹੀ ਬਹੁਤ ਸਾਰੀਆਂ ਫਸਲਾਂ ਤੇ ਉਹ ਨਹੀਂ ਮਿਲ ਰਹੀ ਦੂਜੀ ਗੱਲ ਇਹ ਕਿ ਜਿਹੜੀ ਤੁਸੀਂ ਗੱਲ ਕੀਤੀ ਮਲਟੇਕ ਸਿੰਘ ਆਲੂ ਵਾਲੀ ਦੀ ਜਾਂ ਹੋਰ ਰਿਪੋਰਟਾਂ ਦੀ ਤਾਂ ਉਹਨਾਂ ਦਾ ਵੀ ਸਮੇਂ-ਸਮੇਂ ਤੇ ਵਿਰੋਧ ਹੁੰਦਾ ਰਿਹਾ ਤੀ ਤਾਂ ਫਿਰ ਤੁਹਾਨੂੰ ਕੀ ਲੱਗਦਾ ਕਿ ਵਿਚੋਲੀਏ ਦਾ ਤਾਂ ਗੱਲ ਬਣ ਨਹੀਂ ਰਹੀ ਵਿਚੋਲੀਏ ਦਾ ਤਾਂ ਮਸਲਾ ਤਾਂ ਹੁੰਦਾ ਜੀ ਵਿਚੋਲੀਏ ਆਪ ਆਣ ਕੇ ਪ੍ਰੋਟੈਸਟ ਕਰਦੇ ਵਿਚੋਲੀਏ ਤਾਂ ਪ੍ਰੋਟੈਸਟ ਕਰ ਨਹੀਂ ਰਹੇ ਕਿਸਾਨ ਸੜਕਾਂ ਤੇ ਨੇ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਪੰਜਾਬ ਚ ਕਿਸਾਨ ਸੜਕਾਂ ਤੇ ਆਏ ਕਿਸਾਨ ਅੰਦੋਲਨ ਵੀ ਕਰ ਰਿਹਾ ਹੈ ਕਿਸਾਨਾਂ ਦੇ ਮਨ ਚ ਗੁੱਸਾ ਵੀ ਹੈ ਮੈਂ ਤੁਹਾਡੇ ਸਾਰੀਆਂ ਗੱਲਾਂ ਮੰਨਦਾ ਲੇਕਿਨ ਉਹ ਕਿਉਂ ਕਰ ਰਿਹਾ ਹੈ ਹਿੰਦੁਸਤਾਨ ਦਾ ਕਿਸਾਨ ਕਿਉਂ ਨਹੀਂ ਕਰ ਰਿਹਾ ਨਹੀਂ ਨਹੀਂ ਇਹ ਇਹ ਬੜਾ ਬੜੀ ਇਹ ਬੜਾ ਹੈਰਾਨੀ ਦੀ ਗੱਲ ਹੈ ਕਿ ਹਿੰਦੁਸਤਾਨ ਦਾ ਕਿਸਾਨ ਨਹੀਂ ਮੈਂ ਉਸੇ ਗੱਲ ਤੇ ਧਿਆਨ ਲੱਗਾ ਹੈ ਕਾਨੂੰਨ ਤਾਂ ਪੂਰੇ ਹਿੰਦੁਸਤਾਨ ਲਈ ਬਣੇ ਆ ਪੰਜਾਬ ਲਈ ਨਹੀਂ ਠੀਕ ਹੈ ਮੰਡੀ ਸਿਸਟਮ ਪੰਜਾਬ ਤੇ ਹਰਿਆਣਾ ਚ ਇਸ ਕਰਕੇ ਵਿਰੋਧ ਜਿਆਦਾ ਆ ਲਗਾ ਇੱਕ ਕਾਰਨ ਹੋ ਸਕਦਾ ਹੈ ਇੱਕ ਕਾਰਨ ਹੋ ਸਕਦਾ ਹੈ ਲੇਕਿਨ ਜਿਆਦਾ ਵੱਡਾ ਕਾਰਨ ਇਹਦੇ ਪਿੱਛੇ ਪੋਲਿਟੀਕਲ ਹੈ ਜਦੋਂ ਸਟੇਟ ਦਾ ਚੀਫ ਮਿਨਿਸਟਰ ਆਪ ਝੂਠ ਬੋਲੇਗਾ ਪ੍ਰਚਮ ਫੈਲਾਏਗਾ ਕਿ ਇਹਦੇ ਨਾਲ ਤੁਹਾਡੀ ਐਮਐਸਪੀ ਖਤਮ ਹੋ ਜਾਏਗੀ ਇਹਦੇ ਨਾਲ ਤੁਹਾਡੀ ਜ਼ਮੀਨ ਹਥਿਆ ਲੈਣਗੇ ਇਹਦੇ ਨਾਲ ਤੁਹਾਡੀਆਂ ਮੰਡੀਆਂ ਖਤਮ ਹੋ ਜਾਣਗੀਆਂ ਜੋ ਚੀਫ ਮਿਨਿਸਟਰ ਪੋਲਿਟੀਕਲ ਪਾਰਟੀਆਂ ਗੱਲ ਕਹਿਣੀਆਂ ਸ਼ੁਰੂ ਕਰਦੀਆਂ ਤੇ ਕਿਸਾਨ ਨੂੰ ਕਿਤੇ ਨਾ ਕਿਤੇ ਖਦਸ਼ਾ ਪੈਦਾ ਹੁੰਦਾ ਯਾਰ ਮੁੱਖ ਮੰਤਰੀ ਗੱਲ ਕਹਿ ਰਿਹਾ ਹੈ ਅਫਸਰ ਇਹ ਗੱਲ ਕਹਿ ਰਹੇ ਨੇ ਬਾਕੀ ਪਾਰਟੀਆਂ ਇਹ ਗੱਲ ਕਹਿ ਰਹੀਆਂ ਔਰ ਭ੍ਰਮ ਦੀ ਇੱਕ ਆਦਤ ਹੈ ਕੋਈ ਚੀਜ਼ ਤੁਸੀਂ ਵੀ ਦੇਖੋਗੇ ਸਾਡੇ ਮਨ 'ਚ ਅਗਰ 100 ਵਿਚਾਰ ਆਂਦੇ ਆ 90 ਭ੍ਰਮ ਹੁੰਦੇ ਆ 90 ਭ੍ਰਮ ਹੁੰਦੇ ਲੇਕਿਨ ਸਾਡਾ ਮਨ ਨਾ ਯਾਰ ਕਦੇ ਸੱਚੀ ਨਾ ਹੋ ਜੇ ਇਹ ਜਿਹੜਾ ਭ੍ਰਮ ਫੈਲਾਤਾ ਔਰ ਇੰਨੀ ਜੋਰ-ਜੋਰ ਨਾਲ ਬੋਲ ਕੇ ਫੈਲਾਤਾ ਉਸ ਭ੍ਰਮ ਦੇ ਕਰਕੇ ਕਿਸਾਨਾਂ ਦੇ ਮਨ 'ਚ ਖਦਸ਼ਾ ਪੈਦਾ ਹੈਗਾ ਮੈਂ ਤੁਹਾਨੂੰ ਦੋ ਸਵਾਲ ਕਰਨਾ ਚਾਹਨਾ ਜੇ ਸਿਸਟਮ ਦੀ ਦੁਹਾਈ ਦੇ ਜਾਂਦੇ ਆ ਪੰਜਾਬ 'ਚ 10 ਹਜ਼ਾਰ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ ਪਿਛਲੇ 15 ਸਾਲਾਂ 'ਚ 92% ਕਿਸਾਨ ਕਰਜ਼ੇ ਥੱਲੇ ਆ ਜੇ ਅਸੀਂ ਉਸ ਤੋਂ ਕੱਢਣ ਲਈ ਕੋਈ ਨਵੀਂ ਵਿਵਸਥਾ ਲੈ ਕੇ ਆਏ ਆ ਉਹਨੂੰ 2 3 4 ਸ ਅਗਰ ਤੁਸੀਂ ਇਹ ਨਹੀਂ ਕਰੋਗੇ ਤੇ ਕਿਸਾਨ ਤੇ ਲਗਾਤਾਰ ਕਰਜ਼ੇ ਥੱਲੇ ਆ ਕਿਸਾਨ ਤੇ ਲਗਾਤਾਰ ਖੁਦਕੁਸ਼ੀਆਂ ਦੇ ਰਸਤੇ ਤੇ ਆ ਅਸੀਂ ਔਰ ਦੂਜੀ ਗੱਲ ਕਹਿੰਦੇ ਐ ਐਕਸ਼ਨ ਸਪੀਕਸ ਲਾਊਡਰ ਦੈਨ ਵਰਡਸ ਜਿਹੜੇ ਕਹਿ ਰਹੇ ਆ ਕਿ ਮੋਦੀ ਸਰਕਾਰ ਨੇ ਐਮਐਸਪੀ ਖਤਮ ਕਰ ਦੇਣੀ ਆ ਜੀ ਅੱਜ ਨਹੀਂ ਕਰਨਗੇ 2 ਸਾਲ ਨੂੰ ਕਰ ਦੇਣਗੇ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਹੈ ਪਿਛਲੇ 6 ਸਾਲਾਂ 'ਚ ਮੋਦੀ ਸਾਹਿਬ ਦਾ ਐਮਐਸਪੀ ਦੇ ਬਾਰੇ ਰਿਕਾਰਡ ਕੀ ਹੈ ਤੇ ਕੁੱਖ ਨਾ ਬੰਦਾ ਹੈ ਕਿ ਨਹੀਂ ਬੰਦਾ ਪਿਛਲੇ 6 ਸਾਲਾਂ 'ਚ ਅਸੀਂ ਜਿਹੜੀ ਐਮਐਸਪੀ ਵਧਾਈ ਔਰ ਕਾਂਗਰਸ ਨੇ 10 ਸਾਲਾਂ 'ਚ ਵਧਾਈ ਜ਼ਮੀਨ ਅਸਮਾਨ ਦਾ ਫਰਕ ਹੈ ਅਸੀਂ लागतमूल ਦਾ 1.5 ਗੁਣਾ ਐਮਐਸਪੀ ਹੋਣੀ ਚਾਹੀਦੀ ਹੈ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਕਾਨੂੰਨ ਬਣਾ ਕੇ ਲਾਗੂ ਕਰਤੀ। ਦੂਸਾ ਕਰਕੇ ਆਈ ਸੀ ਕਿਸਾਨਾਂ ਦਾ ਭਰੋਸਾ ਲਿਆ ਸੀ ਤੁਸੀਂ ਇਸੇ ਗੱਲ ਦਾ। ਸਰਕਾਰੀ ਖਰੀਦ ਦੀ ਗੱਲ ਆਈ। ਸਰਕਾਰੀ ਖਰੀਦ ਕਿੰਨੇ ਗੁਣਾ ਵਧੀ ਹੈ ਪਿਛਲੇ 6 ਸਾਲਾਂ ਵਿੱਚ ਇਹਦੇ ਆંકੜੇ ਮੈਂ ਤੁਹਾਨੂੰ ਦੇ ਸਕਦਾ ਹਾਂ। ਜਿੰਨਾ ਫਸਲਾਂ ਤੇ 60 ਕਰੋੜ 65 ਕਰੋੜ ਦੀ ਹਰ ਸਾਲ ਖਰੀਦ ਹੁੰਦੀ ਸੀ ਉਹਨਾਂ ਫਸਲਾਂ ਤੇ ਲਗਭਗ 3-3000 ਕਰੋੜ ਰੁਪਏ ਦੀ ਖਰੀਦ ਹੋ ਰਹੀ ਹੈ ਸਰਕਾਰ ਦੀ। ਇਸ ਵਾਰੀ ਦੇਖੋ। ਇਹ ਕਹਿੰਦੇ ਸੀ ਜੀ ਕਾਨੂੰਨ ਬਣ ਜਾਣਗੇ ਐਮਐਸਬੀ ਖਤਮ ਹੋ ਜਾਊਗਾ ਰਿਕਾਰਡ ਝੋਨਾ ਵਿਕਿਆ ਪੰਜਾਬ ਦੀ ਐਮਐਸਪੀ ਦੀ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਮੈਂ ਤੁਹਾਡੀ ਝੋਨੇ ਦੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਮੈਂ ਉਹ ਤਾਂ ਬਿਲਕੁਲ ਜਾਇਜ਼ ਹੈ ਕਿ ਰਿਕਾਰਡ ਖਰੀਦ ਹੋਈ ਹੈ ਪਰ ਨਾਲ ਦੀ ਨਾਲ ਜਿਹੜੀ ਤੁਸੀਂ ਇਸ ਵੇਲੇ ਵੱਡੀ ਗੱਲ ਇਹ ਕਹਿ ਰਹੇ ਹੋ ਕਿ ਭ੍ਰਮ ਫੈਲਾਇਆ ਗਿਆ 70 70 ਸਾਲਾਂ ਦੇ ਤਜਰਬੇ ਵਾਲੇ ਕਿਸਾਨ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਵੀ ਭ੍ਰਮ ਨੇ ਆਪਣੇ ਲਪੇਟ ਦੇ ਵਿੱਚ ਲੈ ਲਿਆ ਤੁਹਾਨੂੰ ਕੀ ਲੱਗਦਾ ਕਿ ਉਹ ਏਡੀਆਂ ਜਿਨ੍ਹਾਂ ਨੇ ਇੰਨੇ ਸੰਘਰਸ਼ ਕੀਤੇ ਹੋਏ ਨੇ ਉਹ ਤਜਰਬੇਕਾਰ ਲੋਕ ਵੀ ਇਸ ਵੇਲੇ ਸੰਘਰਸ਼ ਜਿਹੜੇ ਕਰ ਰਹੇ ਨੇ ਉਹ ਵੀ ਭ੍ਰਮ ਦਾ ਸ਼ਿਕਾਰ ਹੋ ਚੁ ਜਦੋਂ ਖਦਸ਼ੇ ਪੈਦਾ ਕਰਦੇ ਹੋ ਜਦੋਂ ਐਪਰੀਹੈਂਸ਼ਨਸ ਪੈਦਾ ਕਰਦੇ ਹੋ ਤਾਂ ਕੋਈ ਵੀ ਉਹਦਾ ਸ਼ਿਕਾਰ ਹੋ ਸਕਦਾ ਹੈ ਜਾਨਕੀ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਕਿਸਾਨ ਇਸ ਵੇਲੇ ਭਰਮ ਦਾ ਸ਼ਿਕਾਰ ਨਹੀਂ ਪੰਜਾਬ ਮੇਰਾ ਇਹ ਕਹਿਣ ਦਾ ਹੈ ਕਿ ਕਾਨੂੰਨ ਬਿਲਕੁਲ ਠੀਕ ਨੇ ਕਾਨੂੰਨਾ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਅਗਰ ਕਾਨੂੰਨਾ ਨੂੰ ਉਹ ਚੰਗੀ ਇਸੇ ਲਈ ਸੀ ਕਹਿ ਰਹੇ ਆ ਕਿ ਸਾਡੀ ਗੱਲ ਸਮਝ ਲਓ ਔਰ ਸਾਨੂੰ ਸਮਝਾਓ ਵੀ ਮੰਨ ਲਓ ਮੈਂ ਇਸ ਤਰ੍ਹਾਂ ਕਹਿੰਦਾ ਕਿ ਮਨ ਨੂੰ ਲੱਗਦਾ ਅਸੀਂ ਸਰਕਾਰ ਤੇ ਤਿਆਰ ਹਾਂ 7 ਘੰਟਿਆਂ ਦੀ ਗੱਲ ਸੁਣੀ ਕਮੇਟੀ ਬਣਾ ਲੈਨੇ ਆ ਕਮੇਟੀ ਬਣਾ ਕੇ ਦੇਖੋ ਪੂਰਾ ਕਾਨੂੰਨ ਆ ਕਾਨੂੰਨ ਚ ਬਹੁਤ ਸਾਰੇ ਕਲੋਜ਼ ਨੇ ਉਹ ਦੱਸਰ ਗਿਆ ਕਿ 3 ਨੰਬਰ ਕਲੋਜ਼ ਇਹ 5 ਨੰਬਰ ਕਲਾਸ ਦੀ ਗੱਲ ਉੱਥੇ ਆ ਰਹੀ ਹੈ ਇਸ ਵੇਲੇ ਮੁੜ ਕੇ ਕਿ ਕਿਤਨਾ ਕਿਤੇ ਸਿੱਧੇ ਤੌਰ ਤੇ ਭਾਜਪਾ ਇਹੀ ਕਹਿ ਰਹੀ ਹੈ ਕਿ ਕਾਨੂੰਨ ਵਾਪਸ ਨਹੀਂ ਹੋਣੇ ਜੇ ਉਹਦੇ ਵਿੱਚ ਥੋੜੀ ਬੋਤੀ ਤਰਮੀਮ ਕਰਾਉਣੀ ਤਾਂ ਤੁਸੀਂ ਆਣ ਕੇ ਸਾਡੇ ਤੋਂ ਕਰਵਾ ਲਓ ਕਾਨੂੰਨ ਵਾਪਸ ਨਹੀਂ ਹੋਣੇ ਦੇਖੋ ਕਾਨੂੰਨ ਬਣਾਇਆ ਕੇਂਦਰ ਸਰਕਾਰ ਨੇ ਔਰ ਕੇਂਦਰ ਸਰਕਾਰ ਨੇ ਕਾਨੂੰਨ ਕਿਸਾਨਾਂ ਦੇ ਹਿੱਤ ਚ ਬਣਾਇਆ ਅਸੀਂ ਇਹਨਾਂ ਨੂੰ ਇਹ ਗੱਲ ਕਹਿ ਰਹੇ ਹਾਂ ਕਿ ਤੁਸੀਂ ਬੈਠ ਕੇ ਕਿਦੋਂ ਆਪਾਂ ਗੱਲ ਕਰਾਂਗੇ ਜਿਹੜੀਆਂ ਚੀਜ਼ਾਂ ਠੀਕ ਨਹੀਂ ਹੋਣਗੀਆਂ ਉਹ ਬਦਲਵ ਕਰ ਸਕਦੇ ਆ ਡੁੱਬੀ ਤਾਂ ਜਿਸ ਥਾਂ ਆਇਆ ਗਲਤ ਥਾਂ ਉੱਥੇ ਆ ਗਈ ਨਾ ਕਿਸਾਨ ਤਾਂ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਕਾਨੂੰਨ ਸਾਡੇ ਹੱਕ ਚ ਨਹੀਂ ਸਾਨੂੰ ਇਹ ਚਾਹੀਦੇ ਨਹੀਂ ਪੰਜਾਬ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਛੱਡ ਦਿਓ ਬਾਕੀ ਥਾਵਾਂ ਤੇ ਲਾਗੂ ਕਰ ਲਓ ਜੇ ਉੱਥੇ ਸਫਲ ਰਹਿੰਦੇ ਨੇ ਤਾਂ ਪੰਜਾਬ ਚ ਵੀ ਲਾਗੂ ਕਰ ਲਓ ਕੇਂਦਰ ਸਰਕਾਰ ਤੋਂ ਵਿਕਲਪ ਵੀ ਹੈਗਾ 3 3-4 ਸਾਲ ਲਈ ਸਸਪੈਂਡ ਕਰ ਦੇਵੇ 4 ਸਾਲ ਹਲੇ ਸਰਕਾਰ ਦੇ ਪਏ ਨਹੀਂ ਤਾਂ ਸਸਪੈਂਡ ਕਰਕੇ ਬਾਕੀ ਥਾਵਾਂ ਤੇ ਲਾਗੂ ਕਰ ਲਵੇ ਜਿੱਥੇ ਮੰਡੀਕਰਨ ਸਿਸਟਮ ਨਹੀਂ ਹੈਗਾ ਜੇ ਉੱਥੇ ਸਫਲ ਹੋ ਜਾਂਦੇ ਨੇ ਤਾਂ ਪੰਜਾਬ ਹਰਿਆਣਾ ਚ ਵੀ ਲਾਗੂ ਕਰ ਲਵੇ ਇੱਥੇ ਆਲਰੇਡੀ ਮੰਡੀ ਸਿਸਟਮ ਵਧੀਆ ਤਰੀਕੇ ਨਾਲ ਚੱਲ ਰਿਹਾ ਕਿਸਾਨ ਨੂੰ ਉਹਨਾਂ ਦੀਆਂ ਫਸ ਦੇਖੋ ਕੋਈ ਵੀ ਕਾਨੂੰਨ ਜਿਹੜਾ ਦੇਸ਼ ਚ ਲਾਗੂ ਹੁੰਦਾ ਸਾਰੇ ਦੇਸ਼ ਚ ਲਾਗੂ ਹੁੰਦਾ ਹੈ ਇਸ ਤਰ੍ਹਾਂ ਤੇ ਅਗਰ ਦੇਸ਼ ਦੀ ਸਰਕਾਰ ਕੋਈ ਵੀ ਕਾਨੂੰਨ ਬਣਾਏਗੀ ਹਰ ਸਟੇਟ ਦੇ ਲੋਕ ਆਪਣਾ ਆਪਣਾ ਕਹਾਂਗੇ ਹਿੰਦੁਸਤਾਨ ਚ ਕਾਨੂੰਨ ਨਹੀਂ ਬਣ ਸਕਦਾ ਬਹੁਤ ਥਾਵਾਂ ਤੇ ਆਲਰੇਡੀ ਇਦਾਂ ਦੇ ਕਾਨੂੰਨ ਹੈਗੇ ਨੇ ਜਿਹੜੀਆਂ ਵੱਖ-ਵੱਖ ਸਟੇਟਾਂ ਦੇ ਹਿਸਾਬ ਨਾਲ ਉਹਨਾਂ ਨੂੰ ਵੱਧ ਅਧਿਕਾਰ ਮਿਲੇ ਨੇ ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਭਾਜਪਾ ਦੀ ਸਰਕਾਰ ਇਹ ਚਾਹੁੰਦੀ ਹੈ ਕਿ ਸਾਰੇ ਥਾਵਾਂ ਤੇ ਇੱਕੋ ਜਿਹਾ ਰੂਲ ਬਣ ਜਾਣ ਜਿਸ ਤਰੀਕੇ ਨਾਲ ਧਾਰਾ 370 ਹਟਾ ਦਿੱਤੀ ਗਈ ਉਹਨੂੰ ਵੀ ਜੰਮੂ ਕਸ਼ਮੀਰ ਨੂੰ ਵੀ ਤੇ ਉਹਨਾਂ ਨੂੰ ਯੂਟੀ ਬਣਾ ਕੇ ਪੂਰੇ ਦੇਸ਼ ਵਾਂਗੂ ਬਣਾਉਣ ਦੀ ਕੋਸ਼ ਪਰ ਕਈ ਸਟੇਟਾਂ ਦੇ ਹਾਲਾਤ ਵੱਖਰੇ ਨੇ ਉੱਥੇ ਵੱਖਰੇ ਕਾਨੂੰਨ ਪਹਿਲਾਂ ਹੀ ਚੱਲ ਰਹੇ ਨੇ ਵੱਖ-ਵੱਖ ਕਲੌਜ਼ ਮਿਲੇ ਹੋਏ ਨੇ ਉਹਨਾਂ ਨੂੰ ਵੱਖ-ਵੱਖ ਧਾਰਾ ਮਿਲੀਆਂ ਹੋਈਆਂ ਨੇ ਉਹਨਾਂ ਦੇ ਮੁਤਾਬਕ ਤਾਂ ਫੈਸਲੇ ਲਏ ਜਾਸਤੇ ਦੇ ਉਹਨਾਂ ਦੇ ਵਿੱਚ ਪੰਜਾਬ ਤੇ ਹਰਿਆਣਾ ਵੀ ਇੱਥੋਂ ਛੱਡਿਆ ਜਾ ਸਕਦਾ ਇਸ ਕਾਨੂੰਨ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਦੇਖੋ ਜਿਸ ਤੱਕ ਧਾਰਾ 370 ਦੀ ਗੱਲ ਹੈ ਪੂਰਾ ਹਿੰਦੁਸਤਾਨ ਚਾਹੁੰਦਾ ਸੀ ਕਿ ਉਹ ਖਤਮ ਹੋਏ ਸਾਰੇ ਦੇਸ਼ ਦੇ ਸੂਬੇ ਇੱਕ ਬਰਾਬਰ ਹੈ ਅਸੀਂ ਇਹ ਗੱਲ ਸ਼ੁਰੂ ਤੋਂ ਕਹਿੰਦੇ ਰਹੇ ਹਾਂ ਕਿ ਹਿੰਦੁਸਤਾਨ ਦੇ ਸਾਰੇ ਸੂਬੇ ਇੱਕ ਬਰਾਬਰ ਹੈ ਸਾਰਿਆਂ 'ਚ ਬਰਾਬਰ ਦਾ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ ਦੇਸ਼ ਦਾ ਸੰਵਿਧਾਨ ਪੰਜਾਬ 'ਚ ਲਾਗੂ ਹੈ ਮਹਾਰਾਸ਼ਟਰ 'ਚ ਲਾਗੂ ਹੈ ਤਮਿਲਨਾਡੂ 'ਚ ਲਾਗੂ ਹੈ ਜੰਮੂ ਕਸ਼ਮੀਰ 'ਚ ਕਿਉਂ ਲਾਗੂ ਨਹੀਂ ਸੀ ਜੇ ਪੰਜਾਬ ਕੋਲੇ ਵੱਖਰਾ ਚੰਦਾਨੀਆਂ ਤੇ ਜੰਮੂ ਕਸ਼ਮੀਰ ਕੋਲ ਕਿਉਂ ਫੈਸਲੇ ਲਏ ਗਏ ਸੀ ਫੈਸਲੇ ਲਏ ਗਏ ਸੀ ਅਲੱਗ ਟੈਰੀਟਰੀ ਸੀ ਉਹਦੇ ਨਾਲ ਫੈਸਲਾ ਹੀ ਇਹ ਲਿਆ ਗਿਆ ਸੀਗਾ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਰਹੋ ਉਸੇ ਸ਼ਰਤਾਂ ਤੇ ਮੁਤਾਬਕ ਹੀ ਉਸ ਨੂੰ ਦੇਸ਼ ਦੇ ਨਾਲ ਰਲਾਇਆ ਗਿਆ ਸੀ ਜੇ ਅਸੀਂ ਆਪਾਂ ਹਿਸਟਰੀ ਜਾਣਨ ਦੀ ਕੋਸ਼ਿਸ਼ ਕਰਾਂ ਮੈਨੂੰ ਪਤਾ ਨਹੀਂ ਤੁਸੀਂ ਕਿੰਨੀ ਹਿਸਟਰੀ ਪੜ੍ਹੀ ਹੈ ਮੈਂ ਤਾਂ ਹਿਸਟਰੀ ਦਾ ਸਟੂਡੈਂਟ ਰਿਹਾ ਹਾਂ ਜਿਹੜਾ ਅਕੋਰਡ ਹੋਇਆ ਸੀ ਮਹਾਰਾਜਾ ਜੰਮੂ ਦਾ ਜੰਮੂ ਕਸ਼ਮੀਰ ਦੇ ਮਹਾਰਾਜਾ ਦਾ ਹਿੰਦੁਸਤਾਨ ਸਰਕਾਰ ਨਾਲ ਜਿਹੜਾ ਵਿਲੇ ਹੋਇਆ ਸੀ ਅਨ ਕੰਡੀਸ਼ਨਲ ਵਿਲੇ ਸੀ ਉਹ ਵਿਲੇ ਦਾ ਐਡਾ ਵੱਡਾ ਡਾਕੂਮੈਂਟ ਕਿਸੇ ਵੀ ਨੱਟ ਤੇ ਕਿੱਤੇ ਨਹੀਂ ਲਿਖਿਆ ਸੀ ਇਹ ਤੇ ਉਸ ਤੋਂ ਬਾਅਦ ਸ਼ੇਖ ਅਬਦੁੱਲਾਹ ਨਹਿਰੂ ਸਾਹਿਬ ਦੀ ਦੋਸਤੀ ਸੀ ਉਸ ਦੋਸਤੀ ਚੋ 370 ਨਿਕਲੀ ਆ ਔਰ 370 ਦਾ ਕੋਈ ਕਨਸਟੀਟਿਊਸ਼ਨਲ ਨਹੀਂ ਸੀ ਤੁਸੀਂ ਮੈਨੂੰ ਦੱਸੋ ਇਹਨਾਂ ਨੇ ਸੁਪਰੀਮ ਕੋਰਟ ਚੈਲੰਜ ਕੀਤਾ ਇਹਨੂੰ ਧਾਰਾ ਨੂੰ ਤੋੜਨ ਦਾ ਸੁਪਰੀਮ ਕੋਰਟ ਨੇ ਕੀ ਕਿਹਾ ਕਿਉਂਕਿ ਇਹ ਧਾਰਾ ਹੈ ਜਾਂ ਸੰਵਿਧਾਨਿਕ ਸੀ ਇਹ ਬਾਤ ਚੁ ਲੈਦੀ ਗਈ ਹੈ ਜੰਮੂ ਕਸ਼ਮੀਰ ਦਾ ਹਿੰਦੁਸਤਾਨ ਦੇ ਬਹੁਤ ਸਾਰੇ ਰਾਜਾਵਾਂ ਨੇ ਸਰਕਾਰ ਨਾਲ ਕੀਤਾ ਹਿੰਦੁਸਤਾਨ ਚ ਵਿਲੇ ਕੀਤਾ ਜੰਮੂ ਕਸ਼ਮੀਰ ਨੇ ਵੀ ਵਿਲੇ ਕੀਤਾ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਕਿਉਂ ਔਰ ਅੱਜ ਜੰਮੂ ਕਸ਼ਮੀਰ ਦੀ ਜਨਤਾ ਖੁਸ਼ ਹੈ ਉਹ ਤਰਸ ਸੀ ਚਾਹੇ ਲਦਾਖ ਦੇਖ ਲੋ ਚਾਹੇ ਜੰਮੂ ਦੇਖ ਲੋ ਚਾਹੇ ਬਾਕੀ ਏਰੀਆ ਦੇਖ ਲੋ ਇਸ ਵੀਰਾਂ ਹੱਲੇ ਉੱਥੋਂ ਦੀਆਂ ਸਾਹਮਣੇ ਨਹੀਂ ਆ ਰਹੀਆਂ ਕਿਉਂਕਿ ਮੀਡੀਆ ਨੂੰ ਰਿਕਾਰਡ ਮੀਡੀਆ ਹੱਲੇ ਵੀ ਉੱਥੇ ਤੱਕ ਪੂਰੀ ਤਰ੍ਹਾਂ ਆਜ਼ਾਦੀ ਨਾਲ ਨਹੀਂ ਘੁੰਮ ਰਿਹਾ ਕਿਉਂਕਿ ਮਸਲਾ ਅੱਜ ਕਿਸਾਨੀ ਦਾ ਗੱਲ ਸਾਰੀ ਦੂਜੇ ਪਾਸੇ ਜਾ ਰਹੀ ਹੈ ਮੈਂ ਅਖੀਰ ਤੇ ਤੁਹਾਡੇ ਤੋਂ ਗੱਲ ਆਖਰੀ ਅਖੀਰ ਤੇ ਤੁਹਾਡੇ ਤੋਂ ਹੀ ਲੈਂਦਾ ਜਾਵਾਂ ਕਿ ਇੱਕ ਪਾਸੇ ਵਪਾਰੀ ਪੰਜਾਬ ਦੇ ਵਿੱਚ ਆ ਰਹੇ ਨੇ ਦੂਜੇ ਪਾਸੇ ਕਿਸਾਨਾਂ ਨੂੰ ਭਰੋਸਾ ਦਿੱਤਾ ਜਾ ਰਿਹਾ ਕਿ ਕਿਸਾਨਾਂ ਦੇ ਨਾਲ ਆਸੀਂ ਵਪਾਰੀਕਰਨ ਜਦੋਂ ਹੋ ਗਿਆ ਫਿਰ ਕਿਸਾਨਾਂ ਦੇ ਹਤਿਆਸ਼ੀ ਕਿਵੇਂ ਹੋਵੇਗੀ ਭਾਜੀਪੀ ਨਹੀਂ ਨਹੀਂ ਵਪਾਰੀਕਰਨ ਕਿੱ ਕੀ ਹਿੰਦੁਸਤਾਨ ਦੇ ਉਦਯੋਗ ਪਰ ਫੁਲੂਤ ਨਹੀਂ ਹੋਣੀ ਚਾਹੀਦੀ ਕੀ ਹਿੰਦੁਸਤਾਨ ਵਪਾਰਸ ਨਹੀਂ ਅੱਗੇ ਵਧਣਾ ਚਾਹੀਦਾ ਕਿਸਾਨਾਂ ਦਾ ਜਾਂ ਪੰਜਾਬੀਆਂ ਦਾ ਜਾਂ ਹਿੰਦੁਸਤਾਨ ਦਾ ਤੇ ਪਲਾ ਤਾਂ ਹੀ ਹੋਣਾ ਹੈ ਸਾਡੀ ਇਕਨੋਮੀ ਗਰੋ ਕਰੇਗੀ ਸਭ ਨੇ ਗਰੋ ਕਰਨਾ ਹੈ ਔਰ ਕਿਸਾਨੀ ਦਾ ਕਿਤੇ ਉਹਨਾਂ ਨਾਲ ਕੋਈ ਕਲੈਸ਼ ਨਹੀਂ ਹੈ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਇੱਕ ਜਿਹੜਾ ਬੜਾ ਵੱਡਾ ਪ੍ਰਮ ਫੈਲਾਇਆ ਜਾ ਰਿਹਾ ਮੈਨੂੰ ਦੱਸੋ ਦੁਨੀਆ ਦੇ ਸਾਰੇ ਦੇਸ਼ਾਰੇ ਸ਼ਹਿਰ ਕਹਿੰਦੇ ਆ ਕਿ ਸਾਡੇ ਦੇਸ਼ ਚ ਇਨਵੈਸਟਮੈਂਟ ਆਏ ਸਾਡੇ ਸੂਬੇ ਚ ਇਨਵੈਸਟਮੈਂਟ ਆਏ ਕੈਪਟਨ ਸਾਹਿਬ ਉਸ ਤੋਂ ਪਹਿਲਾਂ ਬਾਦਲ ਸਾਹਿਬ ਵੱਡੇ ਕਰੋੜਾ ਰੁਪਏ ਖਰਚ ਕੇ ਇਨਵੈਸਟਰ ਸੰਮ ਇਨਵੈਸਟਮੈਂਟ ਆਏ ਅੱਜ ਚੀਨ ਤੋਂ ਇੰਡਸਟਰੀ ਦੌੜ ਰਹੀ ਹੈ ਸਾਰੇ ਦੁਨੀਆ ਦੇ ਦੇਸ਼ਾਂ 'ਚ ਹੋੜ ਲੱਗੀ ਹੈ ਕਿ ਇੰਡਸਟਰੀ ਸਾਡੇ ਦੇਸ਼ ਆਵੇ ਸਾਡੀ ਵੀ ਲੱਗੀ ਹੈ ਕਿਉਂ ਇੰਡਸਟਰੀ ਆਏਗੀ ਇਨਵੈਸਟਮੈਂਟ ਆਏਗੀ ਰੁਜ਼ਗਾਰ ਮਿਲੇਗਾ ਤੁਹਾਡਾ ਚੈਨਲ ਸ਼ੁਰੂ ਹੋਇਆ ਤੁਹਾਨੂੰ ਰੁਜ਼ਗਾਰ ਮਿਲਿਆ ਨਾ ਇੰਡਸਟਰੀ ਆਏਗੀ ਚਾਹੇ ਉਹ ਸਰਵਿਸ ਇੰਡਸਟਰੀ ਆਏ ਚਾਹੇ ਉਹ ਮੈਨੂਫੈਕਚਰਿੰਗ ਇੰਡਸਟਰੀ ਆਏ ਉਹਦੇ ਨਾਲ ਰੁਜ਼ਗਾਰ ਵਧੇਗਾ ਮੈਨੂਫੈਕਚਰਿੰਗ ਸੈਕਟਰ 'ਚ ਪੰਜਾਬ ਬਾਜੋ ਉਦਯੋਗਿਕ ਰੂਪ ਨਾਲ ਪਿੱਛੜਦਾ ਜਾ ਰਿਹਾ ਹੈ ਸਾਨੂੰ ਇਸ ਗੱਲ ਨੂੰ ਬੜਾ ਗੰਭੀਰਤਾਪੂਰਵਕ ਸੋਚਣਾ ਪ ਕਿ ਆਉ ਪੜ੍ਹ ਕੇ ਕੀ ਕਰੇਗਾ ਬੜੀ ਹੈਰਾਨੀ ਬੜੀ ਬਿਲਕੁਲ ਬੜੀ ਹੈਰਾਨੀ ਦੀ ਗੱਲ ਹੈ ਨੌਕਰੀ ਮੁਹਾਲਿਸ਼ ਕਿਉਂ ਨਹੀਂ ਮਿਲਣੀ ਚਾਹੀਦੀ ਬਿਲਕੁਲ ਹੈਰਾਨੀ ਦੀ ਗੱਲ ਇਹ ਵੀ ਹੈ ਹੈਰਾਨੀ ਦੀ ਗੱਲ ਇਹ ਵੀ ਹੈ ਕਿ 2 ਕਰੋੜ ਨੌਕਰੀਆਂ ਦਾ ਵਾਅਦਾ ਵੀ ਕੀਤਾ ਸੀ ਭਾਜਪਾ ਨੇ ਉਹ ਕਿਤੇ ਨਹੀਂ ਮਿਲੀਆਂ ਔਰ ਰਿਕਾਰਡ ਜਿਹੜੇ ਹਲੇ ਬਿਲਕੁਲ ਹਾਂ ਬਿਲਕੁਲ ਉਹ ਵਾਲੀ ਗੱਲ ਵੀ ਕਰ ਲਿਓ ਤੁਸੀਂ ਪਰ ਹੈਰਾਨੀ ਦੀ ਗੱਲ ਤੇ ਇਹ ਹੈ ਕਿ ਜਿਹੜੀ ਖੇਤੀ ਕਿਸਾਨ ਕਰਦਾ ਜੇ ਉਹਨੂੰ ਅਸੀਂ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦੇ ਦਵਾਂਗੇ ਕਿ ਉਹਦੇ ਨਾਲ ਹੱਲ ਨਿਕਲ ਜਾਏਗਾ ਕੋਈ ਤਰ੍ਹਾਂ ਨਹੀਂ ਕੌਣ ਦੇ ਰਿਹਾ ਵੱਡੇ ਵੱਡੇ ਘਰਾਣਿਆਂ ਨੂੰ ਮੈਂ ਹੀ ਤੇ ਕਹਿ ਰਿਹਾ ਇਹ ਹੀ ਭਰਮ ਹੈ ਇਹੀ ਭਰਮ ਹੈ ਤੁਸੀਂ ਤਿੰਨ ਕਾਨੂੰਨਾਂ ਦੀ ਕਾਪੀ ਹੁਣੇ ਮੰਗਾ ਲਓ ਮੈਨੂੰ ਇੱਕ ਕਲੋਜ਼ ਪੜ੍ਹ ਕੇ ਦੱਸ ਦਿਓ ਕਿ ਖੇਤੀ ਤੁਸੀਂ ਵੱਡੇ ਘਰਾਨਿਆਂ ਨੂੰ ਦੇ ਰਹੇ ਹੋ ਇੱਕ ਕਲੋਜ਼ ਪੜ੍ਹ ਕੇ ਦੱਸ ਦਿਓ ਭਰਮ ਨਾਲ ਗੱਲ ਨਹੀਂ ਚੱਲਨੀ ਜੀ ਅਸੀਂ ਕਹਿੰਨੇ ਆ ਕਿਸਾਨ ਖੇਤੀ ਕਰੇ ਅਸੀਂ ਤਾਂ ਉਲਟਾ ਕੀਤਾ ਪੰਜਾਬ 'ਚ ਕੰਟਰੈਕਟ ਫਾਰਮਿੰਗ ਹੋ ਰਹੀ ਸੀ ਸਾਰੇ ਦੇਸ਼ 'ਚ ਹੋ ਰਹੀ ਸੀ ਕੀ ਹੁੰਦਾ ਸੀ ਕੰਪਨੀ ਆਉਂਦੀ ਸੀ ਕੰਟਰੈਕਟ ਕਰਦੀ ਸੀ ਕਿਸਾਨ ਦੀ ਜ਼ਮੀਨ ਗਰਵੀ ਰੱਖ ਲੈਂਦੀ ਸੀ ਰੱਖਦੀ ਸੀ ਨਾ ਪੰਜਾਬ 'ਚ ਹੀ ਰੱਖਦੀ ਸੀ ਅਸੀਂ ਕਾਨੂੰਨ ਬਣਾ ਕੇ ਕਿਹਾ ਕਿ ਤੁਸੀਂ ਜ਼ਮੀਨ ਨੂੰ ਮੌਰਗੇਜ ਸੇਲ ਕਰ ਹੀ ਨਹੀਂ ਸਕਦੇ ਜ਼ਮੀਨ ਤੇ ਕੰਟਰੈਕਟ ਹੋ ਹੀ ਨਹੀਂ ਸਕਦਾ ਅਸੀਂ ਤਾਂ ਉਲਟਾ ਕਰ ਰਹੇ ਹਾਂ ਜਨਾਬ ਅਸੀਂ ਤਾਂ ਕਿਸਾਨਾਂ ਨੂੰ ਚੰਗੂਲ ਤੋਂ ਬਚਾ ਰਹੇ ਹਾਂ ਪ੍ਰਾਈਵੇਟ ਕੰਪਨੀਆਂ ਦੇ ਉੱਤੋਂ ਇਸ ਲਈ ਇਹ ਹੀ ਭਰਮ ਹੈ ਕੰਪਨੀਆਂ ਨੂੰ ਦੇ ਦੇਣ ਕਿ ਉਹ ਭਾਈ ਸਾਹਿਬ ਅਸੀਂ ਨਹੀਂ ਦੇ ਰਹੇ ਅਸੀਂ ਇਹ ਕਹਿ ਰਹੇ ਹਾਂ ਖਰੀਦਾਰ ਵਦਨ ਕਿਸਾਨ ਦੇਖੋ ਕਿਸਾਨ ਦੀ ਫਸਲ ਕਿੰਨੇ ਖਰੀਦਣੀ ਹੈ ਕਿਸਾਨ ਦੀ ਫਸਲ ਖਰੀਦਣ ਵਾਲੇ ਵਦਨ ਖੇਤੀ ਕਰਨ ਲਈ ਕਾਰਪੋਰੇਟ ਨਹੀਂ ਆਣਗੇ ਕਿਸਾਨ ਦੀ ਜ਼ਮੀਨ ਵਾਲ ਕੋਈ ਵੇਖ ਵੀ ਨਹੀਂ ਸਕਦਾ ਹੁਣ ਪਹਿਲਾਂ ਵੇਖ ਸਕਦੇ ਸੀ ਇਸ ਲਈ ਜਦੋਂ ਕਾਨੂੰਨ ਪੜੋਗੇ ਤੁਹਾਨੂੰ ਲੱਗਦਾ ਤੁਹਾਨੂੰ ਤਹਾਂਜ ਆਏਗਾ ਕਿ ਇਹ ਧਰਮ ਹੈ ਸਾਰਾ ਇਹ ਤਾਂ ਸਾਰਾ ਝੂਠ ਮਿੱਥ ਬੁਲਾਇਆ ਜਾ ਰਿਹਾ ਹੈ ਬਹੁਤ ਬਹੁਤ ਸ਼ੁਕਰੀਆ ਸੋ ਇਸ ਹਨ ਡਾਕਟਰ ਸੁਭਾਸ਼ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਕਿਸਾਨਾਂ ਨੂੰ ਭਰਮ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਇਸੇ ਕਰਕੇ ਬਹੁਤ ਸਾਰੇ ਸ਼ੰਕੇ ਪੈਦਾ ਹੋਏ ਨੇ ਫਿਲਹਾਲ ਆਪਣੇ ਵੱਲੋਂ ਬਹੁਤ ਵੱਡੇ ਦਾਅਵੇ ਕੀਤੇ ਨੇ ਕਿ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਭਾਜਪਾ ਸਰਕਾਰ ਫੈਸਲੇ ਲੈ ਰਹੀ ਹੈ ਪਰ ਫਿਲਹਾਲ ਫੈਸਲਿਆਂ ਦੇ ਨਤੀਜੇ ਜਿਹੜੇ ਉਹ ਲੰਮੇ ਤਜਰਬੇ ਵਾਲੇ ਕਿਸਾਨ ਜਿਹੜੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਪਹਿਲੀ ਉੱਕਰ ਚੁੱਕੇ ਨੇ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਇਹ ਕੀ ਕੀਤਾ ਜਾ ਰਿਹਾ ਹੈ ਤਾਂ ਫਿਲਹਾਲ ਦੇਖਣਾ ਹੋਵੇਗਾ ਕਿ ਸਾਫ਼ ਤੌਰ ਤੇ ਇਸ ਗੱਲਬਾਤ ਦੇ ਵਿੱਚੋਂ ਇੱਕ ਗੱਲ ਤਾਂ ਸਾਫ਼ ਸਪਸ਼ਟ ਹੋ ਗਈ ਕਿ ਇਹ ਕਾਨੂੰਨ ਹੁਣ ਬੀਜੇਪੀ ਦੀ ਸਰਕਾਰ ਨੇ ਵਾਪਸ ਨਹੀਂ ਲੈਣੇ ਹਾਲਾਂਕਿ ਥੋੜਾ ਬੋਤਾ ਰੋਸ ਕਰਨ ਤੇ ਵਿਰੋਧ ਕਰਨ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਕੁਝ ਤਰਮੀਮਾਂ ਕੀਤੀਆਂ ਜਾ ਸਕਦੀਆਂ ਪਰ ਕਾਨੂੰਨ ਵਾਪਸ ਲੈਂਦੀ ਹੋਈ ਸਰਕਾਰ ਨਜ਼ਰ ਨਹੀਂ ਆ ਰਹੀ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਮਾਇੰਦਿਆਂ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਤੁਹਾਡਾ ਇਸ ਬਾਰੇ ਕੀ ਸੋਚਣਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਸਹਿਯੋਗੀ ਜੱਸੀ ਦੇ ਨਾਲ ਹਰਦੀਪ ਸਿੰਘ ਭੋਗਲ ਸਪੋਕਸਮੈਨ ਟੀਵੀ ਚੰਡੀਗੜ੍ਹ